ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜੀ ਟੀਚਰ ਦੀ ਭਰਤੀ ਸੀਗੀ 8TT ਦੀ 6635 ਪੋਸਟਾਂ ਸੀਗੀਆਂ ਤਾਂ ਉਹਦੀ ਸੈਕੰਡ ਲਿਸਟ ਦੀ ਅਪਡੇਟ ਕੀ ਹੈ ਕੀ ਕਰ ਰਹੇ ਨੇ ਸੈਕੰਡ ਲਿਸਟ ਤੇ ਆਊਗੀ ਜਾਂ ਨਹੀਂ ਆਊਗੀ ਠੀਕ ਹੈ ਤੇ ਕਿੰਨੇ ਨੰਬਰ ਵਾਲੇ ਜਿਹੜੇ ਹੈਗੇ ਨੇ ਦੁਬਾਰੇ ਤੋਂ ਬੁਲਾਏ ਜਾਣਗੇ ਤਾਂ ਉਹਦੇ ਉੱਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜਿਸ ਨਾਲ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਬਾਕੀ ਤੁਸੀਂ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਵੀ ਜੁਆਇਨ ਹੋ ਸਕਦੇ ਹੋ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਤਾਂ ਚਲੋ ਗੱਲ ਕਰਦੇ ਹਾਂ 8TT ਦੀ ਸੈਕੰਡ ਲਿਸਟ ਬਾਰੇ ਤਾਂ ਦੇਖੋ ਡਿਪਾਰਟਮੈਂਟ ਨੇ ਕੀ ਜਵਾਬ ਦੇਇਆ ਕਿ ਉਹ 8000 ਬੱਚੇ ਦੀ ਜਿਹੜੀ ਹੈਗੀ ਨਹੀਂ ਡਾਕੂਮੈਂਟਸ ਸਕਰੂਟੀ ਜਿਹੜੀ ਹੈਗੀ ਨੇ ਉਹ ਆਲਰੇਡੀ ਕਰ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਜਿਹੜਾ ਹੈਗਾ ਉਹਦੇ ਵਿੱਚ ਟਾਈਮ ਲੱਗ ਰਿਹਾ ਡਾਕੂਮੈਂਟ ਦੇ ਵਿੱਚ ਦੇਖਣ ਦੇ ਵਿੱਚ ਕਿ ਕਿਹੜੇ ਬੱਚੇ ਕੋਲ ਕਿਸ ਚੀਜ਼ ਦੀ ਜਿਹੜੀ ਹੈਗੀ ਕਮੀ ਹੈ ਡਾਕੂਮੈਂਟ ਸਕਰੂਟੀ ਬੇਸਿਕਲੀ ਕੀ ਹੁੰਦਾ ਹੈ ਕਿ ਡਾਕੂਮੈਂਟ ਤੁਸੀਂ ਜਿਹੜੇ ਹੈਗੇ ਨੇ ਚੈੱਕ ਕਰਨ ਲਈ ਜਾਂਦੇ ਹੋ ਤਾਂ ਉਹਦੇ ਵਿੱਚ ਕੋਈ ਕਮੀ ਪੈਸੀ ਹੁੰਦੀ ਹੈ ਕਿਸੇ ਦਾ ਸਰਟੀਫਿਕੇਟ ਕੁਝ ਮੰਗਿਆ ਹੁੰਦਾ ਹੈ ਤੇ ਉੱਥੇ ਕੁਝ ਹੋਰ ਦੇ ਦਿੰਦੇ ਨੇ ਠੀਕ ਹੈ ਕੋਈ ਅਪਲੋਡ ਤੁਸੀਂ ਕੁਝ ਹੋਰ ਕੀਤਾ ਹੁੰਦਾ ਹੈ ਤਾਂ ਉਹ ਸਾਰੇ ਜਿਹੜੇ ਹੈਗੇ ਨੇ ਜੀਡੀਪੀ ਕੰਡੀਸ਼ਨਾਂ ਨੇ ਜਿਹੜੀ ਐਡਵਰਟਾਈਜ਼ਮੈਂਟ ਦੇ ਵਿੱਚ ਉਹਨਾਂ ਨੇ ਕੰਡੀਸ਼ਨਾਂ ਦਿੱਤੀਆਂ ਹੋਈਆਂ ਸੀਗੀਆਂ ਉਹਦੇ ਹਿਸਾਬ ਨਾਲ ਉਹ ਸਾਰੇ ਕੰਡੀਸ਼ਨਾਂ ਦੇ ਹਿਸਾਬ ਨਾਲ ਤੁਹਾਡੇ ਜਿਹੜੇ ਡਾਕੂਮੈਂਟ ਨੇ ਉਹ ਮੈਚ ਹੋਣੇ ਜ਼ਰੂਰੀ ਨੇ ਤਾਂ ਉਹੀ ਇਹਨਾਂ ਨੇ ਕਿਹਾ ਕਿ 8000 ਬੱਚਿਆਂ ਦੇ ਜਿਹੜੇ ਜਿਹੜੇ ਡਾਕੂਮੈਂਟ ਸੀ ਕਿਤੇ ਨੇ ਕੈਂਡੀਡੇਟ ਬੁਲਾਏ ਸੀਗੇ ਜਿਹੜੇ ਠੀਕ ਹੈ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਸਕਰੂਟੀ ਕੀਤੀ ਹੈ ਤਾਂ ਉਹਦੇ ਵਿੱਚ ਥੋੜਾ ਜਿਹਾ ਟਾਈਮ ਹੈ ਜਿਹੜਾ ਉਹ ਲੱਗ ਰਿਹਾ ਹੈ ਤੇ ਸੈਕੰਡ ਲਿਸਟ ਜਿਹੜੀ ਹੈਗੀ ਆ ਉਹ ਉਹਦੇ ਹਿਸਾਬ ਨਾਲ ਹੁਣ ਅਪਡੇਟ ਆ ਉਹ ਕੀਤੀ ਜਾਵੇਗੀ ਕੈਂਡੀਡੇਟ ਦੇ ਹਿਸਾਬ ਨਾਲ ਕਿ ਕਿੰਨੇ ਕੈਂਡੀਡੇਟ ਦੇ ਜਿਹੜੇ ਡਾਕੂਮੈਂਟ ਨੇ ਕਿਵੇਂ ਦੇ ਉਹਨਾਂ ਨੇ ਉੱਥੇ ਜਿਹੜੇ ਹੈਗੇ ਨੇ ਉਹ ਦੇਖਿਆ ਜਾਂਦੇ ਤਾਂ ਉਹਦੇ ਹਿਸਾਬ ਨਾਲ ਜਿਹੜੀ ਹੈਗੀ ਸੈਕੰਡ ਲਿਸਟ ਜਿਹੜੀ ਹੈਗੀ ਆ ਉਹ ਆਵੇਗੀ ਠੀਕ ਹੈ ਜੀ ਇਹ ਜਿਹੜਾ ਹੈਗਾ ਇਹ ਇਹ ਕਿਹਾ ਗਿਆ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਅਤੇ ਓਬਜੈਕਸ਼ਨ ਦੀ ਓਬਜੈਕਸ਼ਨ ਦਾ ਤੁਹਾਨੂੰ ਪਤਾ ਹੀ ਹੈ ਓਬਜੈਕਸ਼ਨ ਤੁਹਾਨੇ ਜਿਹੜੇ ਹੈਗੇ ਨੇ ਪਾ ਤੇ ਸੀਗੇ ਜਿਹੜੇ ਜਿਹੜੇ ਕੁਸ਼ਚਨ ਅਤੇ ਤੁਹਾਨੂੰ ਲੱਗਦਾ ਸੀਗਾ ਵੀ ਇਹ ਕੁਸ਼ਚਨ ਅਤੇ ਜਿਹੜੇ ਹੈਗੇ ਨੇ ਓਬਜੈਕਸ਼ਨ ਹੋਣੇ ਚਾਹੀਦੇ ਨੇ ਠੀਕ ਹੈ ਜੀ ਤਾਂ ਇਹ ਸੀਗੀ ਜੀ ਅਪਡੇਟ ਕਿ ਜਿਹੜੀ ਸੈਕਿੰਡ ਲਿਸਟ ਹੈ ਉਹ ਜਲਦੀ ਅਪਡੇਟ ਕਰ ਦਿੱਤੀ ਜਾਵੇਗੀ ਅਤੇ ਉਹਦੇ ਵਿੱਚ ਦੱਸਣਗੇ ਕਿ ਕਿੰਨੇ ਜਿਹੜੇ ਹੈਗੇ ਨੇ ਕਿੰਨੇ ਨੰਬਰ ਵਾਲੇ ਜਿਹੜੇ ਕੈਂਡੀਡੇਟ ਨੇ ਉਹ ਅੱਗੇ ਬੁਲਾਏ ਜਾਣਗੇ ਤੇ ਆਪਾਂ ਇੱਕ ਪੂਲ ਵੀ ਕੀਤਾ ਸੀਗਾ ਆਪਣੇ ਜਿਹੜਾ ਟੈਲੀਗ੍ਰam ਚੈਨਲ ਹੈ ਜੇਕਰ ਤੁਸੀਂ ਉਹਦੇ ਨਾਲ ਪਹਿਲਾਂ ਤੋਂ ਜੁਆਇਨ ਹੋ ਤਾਂ ਤੁਹਾਨੂੰ ਪਤਾ ਹੋਣਾ ਕਿ ਕਿੰਨੇ ਕਿੰਨੇ ਬੱਚੇ ਤੇ ਕੈਂਡੀਡੇਟ ਦੇ ਜਿਹੜੇ ਹੈਗੇ ਸੀਗੇ ਨੰਬਰ ਆਏ ਹੋਏ ਸੀਗੇ ਤਾਂ ਇਹ ਸੀਗੀ ਜੀ ਅਪਡੇਟ ਕਿਸੇ ਨੇ ਹੋਰ ਜਾਣ ਕਰ ਲੈਣੀ ਹੋਵੇ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ ਤੁਹਾਨੂੰ ਅੱਜ ਤੁਹਾਡਾ ਸਭ ਨੂੰ ਵੀਡੀਓ ਦੇਖਣ ਲਈ ਥੈਂਕ ਯੂ